ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪੈਰੀ ਪੈਣੇ ਆ। ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਅੱਜ ਆਪਾਂ ਆਏ ਹਾਂ ਬੇਕੋਟ ਇਵੈਂਟ ਸੈਂਟਰ ਔਰੰਗਾ ਸਿਟੀ ਦੇ ਵਿੱਚ। ਇੱਥੇ ਕਿਉਂ ਆਏ ਹਾਂ? ਅੱਜ ਹੈਗਾ ਤੀਆਂ ਦਾ ਮੇਲਾ। ਆਪਣਾ ਜਿਹੜਾ ਕਲੱਬ ਆ BOP ਸਪੋਰਟਸ ਐਂਡ ਕਲਚਰ ਕਲੱਬ, ਉਹਨਾਂ ਨੇ ਔਰਗਨਾਈਜ਼ ਕੀਤਾ ਅਤੇ ਬਹੁਤ ਹੀ ਵਧੀਆ ਇਵੈਂਟ ਹੋ ਰਿਹਾ, ਤਾਂ ਮੈਂ ਟਰਾਈ ਕਰੂੰਗਾ ਕਿ ਸਾਰਾ ਕਵਰ ਕਰਕੇ ਤੁਹਾਨੂੰ ਦਿਖਾਵਾਂ ਜਿਹੜੀਆਂ ਮੇਨ ਹਾਈਲਾਈਟਸ ਨੇ ਵਿੱਚ। ਅਤੇ ਦਿਨ 'ਚ ਆਏ ਸੀਗੇ, ਅੱਜ ਥੋੜ੍ਹੀ ਬਹੁਤੀ ਰਿਹਰਸਲ ਚੱਲ ਰਹੀ ਆ ਅੰਦਰ। 12 ਅਲੱਗ ਅਲੱਗ ਤਰ੍ਹਾਂ ਦੀਆਂ ਪਰਫੋਰਮੈਂਸ ਨੇ ਇਹਦੇ ਅੰਦਰ, ਜਿਵੇਂ ਭੰਗੜਾ ਵੀ ਆ, ਗਿੱਧਾ ਵੀ ਆ, ਝੂਮਰ ਵੀ ਆ, ਸਕਿੱਟਸ ਵੀ ਨੇ, ਅਤੇ ਇੱਕ ਸਰਪ੍ਰਾਈਜ਼ ਆਈਟਮ ਆ ਆਪਣਾ ਜਿਹੜੇ ਫਾਰਮਰਸ ਪ੍ਰੋਟੈਸਟ ਚੱਲ ਰਹੇ ਆ ਉਹਦੇ ਰਿਗਾਰਡਿੰਗ। ਬਹੁਤ ਹੀ ਵਧੀਆ ਇਵੈਂਟ ਆ, ਮੈਂ ਹੁਣੇ ਰਿਹਰਸਲਸ ਦੇਖ ਕੇ ਹਟਿਆ ਉਹਨਾਂ ਦੀਆਂ, ਬਹੁਤ ਹੀ ਵਧੀਆ ਪ੍ਰੈਕਟਿਸ ਕੀਤੀ ਹੋਈ ਆ ਸਾਰਿਆਂ ਨੇ, ਅਤੇ ਰੀਅਲੀ ਗੁੱਡ ਹੋਣ ਵਾਲਾ। ਸੋ ਨਾਲ ਜੁੜੇ ਰਹੋ ਅਤੇ ਪੂਰਾ ਪ੍ਰੋਗਰਾਮ ਜ਼ਰੂਰ ਦੇਖਿਓ। ਬਾਕੀ ਹੁਣ ਮੈਂ ਦਿਨ ਦੇ ਵਿੱਚ ਆਇਆ ਸੀ ਤਾਂ ਤੁਹਾਨੂੰ ਮੈਂ ਮੇਨ ਦਿਖਾਉਣਾ ਵੀ ਰਿਹਰਸਲਸ ਦੇ ਟਾਈਮ ਅਸੀਂ ਕੀ ਕਰ ਰਹੇ ਹਾਂ ਅਤੇ ਕਿੱਦਾਂ ਮਿਊਜ਼ਿਕ ਪਲੇ ਕਰਦੇ ਹਾਂ, ਲਾਈਟ ਸੈਟਅਪ ਕਰਦੇ ਹਾਂ। ਸੋ ਆਪਾਂ ਅੰਦਰ ਚੱਲਦੇ ਹਾਂ ਅਤੇ ਦੇਖਦੇ ਹਾਂ। ਤੈਨੂੰ ਪਬਲਿਕ ਵੀ ਦਿਖਾ ਰਹੀ ਜਿਹੜੀ ਸਾਨੂੰ ਸੁਣ ਰਹੀ ਆ। ਜੇ ਆਪਾਂ ਸੀਟਿੰਗ ਦੀ ਗੱਲ ਕਰੀਏ, ਇੱਥੇ ਤਕਰੀਬਨ 600 ਸੀਟ ਆ, ਪਰ ਸ਼ਾਮ ਨੂੰ ਸਾਰੀਆਂ ਟਿਕਟਾਂ ਸੋਲਡ ਹੋ ਚੁੱਕੀਆਂ। ਪ੍ਰੈਕਟਿਸ ਸਾਰੀ ਫਿਨਿਸ਼ ਹੋ ਗਈ, ਹੁਣ ਆਪਾਂ ਚੱਲਦੇ ਹਾਂ ਘਰੇ ਤਿਆਰ ਹੋ ਕੇ, ਫਿਰ ਸ਼ਾਮ ਨੂੰ ਆਉਂਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਸਾਰੀਆਂ ਹਾਈਲਾਈਟਸ। ਪਹਿਲਾਂ ਤਾਂ ਸਾਰੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਦੇ ਪੈਰੀ ਪੈਂਦੇ। ਅਤੇ ਉਹ ਮਨਪ੍ਰੀਤ ਤਾਂ ਸਾਡੇ ਦਾ ਭਰਾ ਆ, ਸਾਡਾ ਇਹਦਾ ਡਾਇਲੋਗ ਆ। ਮਨਪ੍ਰੀਤ ਕੈਮਰੇ ਦੇ ਦੂਜੇ ਪਾਸੇ ਅੱਜ, ਅਤੇ ਅਸੀਂ ਇਹਦਾ ਪਾਸਾ ਕਵਰ ਕਰਦੇ ਹਾਂ। ਸੋ ਜਿੰਨੇ ਵੀ ਤੁਸੀਂ ਜੁੜੇ ਹੋ ਪੇਜ ਦੇ ਨਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨੰਬਰ 2 'ਤੇ ਜਿਹੜਾ ਅੱਜ ਦਾ ਪ੍ਰੋਗਰਾਮ ਆ, ਇਹ ਬੀਬੀਆਂ ਵਾਲਾ ਪ੍ਰੋਗਰਾਮ ਹੈ, ਡੈਡੀਕੇਟਡ ਹੈ ਸਾਡੀਆਂ ਭੈਣਾਂ ਜਿਹੜੀਆਂ, ਉਹਨਾਂ ਨੇ ਪ੍ਰੋਗਰਾਮ ਔਰਗਨਾਈਜ਼ ਕੀਤਾ। ਸੋ ਜਲਦੀ ਅਸੀਂ ਜਿਹੜਾ ਦੂਜਾ ਪ੍ਰੋਗਰਾਮ ਹੈ ਉਹ ਵੀ ਅਨਾਊਂਸ ਕਰਾਂਗੇ, ਜਿਹੜਾ ਵਿਸਾਖੀ ਦਾ। ਬਾਕੀ ਰਣਜੀਤ ਵੀ ਮਾਈਕ ਲੈ ਕੇ ਆ ਗਿਆ, ਮੈਨੂੰ ਲੱਗਦਾ ਕੁਝ ਕਹਿਣਾ ਹੋਊਗਾ। ਬਹੁਤ ਬੋਲ ਲਿਆ, ਹੁਣ ਆਪਾਂ ਵਾਪਸ ਕਰ ਦਈਏ। ਨਹੀਂ ਨਹੀਂ, ਮਾਈਕ ਨਹੀਂ ਛੱਡਣਾ ਭਾਜੀ ਨੇ ਅੱਜ। ਅਸੀਂ ਫੀਲਿੰਗ ਲੈ ਰਹੇ ਹਾਂ ਜੀ, ਅੱਜ ਸਾਨੂੰ ਫੀਲਿੰਗ ਬੜਾ ਇੰਨੇ ਲੈ ਸਕਦੇ ਆ, ਉਹ ਲੇਡੀਜ਼ ਪ੍ਰੋਗਰਾਮ ਤਾਂ ਸਾਨੂੰ ਬੜ ਨਹੀਂ ਦੇਣਾ। ਆਪਾਂ ਹਰਪ੍ਰੀਤ ਭਾਜੀ ਆ, ਨਾਲ ਗਰਦੀਪ ਭਾਜੀ, ਅਸੀਂ ਸਾਰਿਆਂ ਨਾਲ ਫੀਲਿੰਗ ਲੈ ਲਈ। ਅਸੀਂ ਇਹ ਦੱਸਣਾ ਚਾਹੁੰਦੇ ਮੇਲਾ ਪਾਂ ਬੀਬੀਆਂ ਦਾ, ਪਰ ਪਿਛਲੀ ਸਾਰੀ ਜ਼ਿੰਮੇਵਾਰੀ ਕਲੱਬ ਦੇ ਮੈਂਬਰਾਂ ਨੇ ਨਿਭਾਈ ਆ। ਸਵੇਰ ਦੇ 9 ਵਜੇ ਆਏ ਹੋਏ ਆ, ਮੇਕ ਸ਼ੋਰ ਕਰ ਰਹੇ ਆ ਵੀ ਸਾਰਾ ਕੁਛ ਅਵੇਲੇਬਲ ਹੈਗਾ, ਸੈਟਿੰਗ ਰੇਜ ਆ, ਲਾਈਟਸ ਦੇ ਵਿੱਚ, ਮਿਊਜ਼ਿਕ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਤੋਂ ਆ ਰਹੇ ਸਾਡੇ ਕਲੱਬ ਦੇ ਮੈਂਬਰ ਹੀ ਆ, ਤਾਂ ਕਿ ਕੋਸਟ ਕਟਿੰਗ ਕਰ ਸਕੀਏ। ਪਲੱਸ ਬਾਹਰ ਜਿੰਨੀ ਵੀ ਸਟਾਲ ਲੱਗਣੇ ਆ ਉਹਦੇ ਵਿੱਚ ਵੀ ਆਪਣੇ ਮੈਂਬਰ ਇਨਵੋਲਵ ਆ। ਫ੍ਰੀ ਆਈਸਕ੍ਰੀਮ ਬੱਚਿਆਂ ਦੇ ਜਿਹੜੀ ਉਹ ਵੀ ਮੈਂਬਰ ਕਰ ਰਹੇ ਆ, ਬੱਚਿਆਂ ਦੇ ਜਿੰਨੇ ਪਰਫੋਰਮ ਕਰ ਰਹੇ ਸਾਰਿਆਂ ਲਈ ਫ੍ਰੀ ਫੂਡ ਪ੍ਰੋਵਾਈਡ ਕੀਤਾ ਜਾਊਗਾ, ਉਹ ਵੀ ਮੈਂਬਰ ਜ਼ਿੰਮੇਵਾਰੀ ਉਹ ਲੈ ਕੇ ਆਉਣਾ, ਮੇਕ ਸ਼ੋਰ ਸਾਰੇ ਖਾਣ ਡ੍ਰਿੰਕਸ ਵਗੈਰਾ। ਬਾਹਾਂ ਗੋਰੀਆਂ ਚ ਪੰਗਾ ਛਿੜਕਾਈਆਂ, ਉਹ ਜੱਟਾਂ ਯਾਰਾਂ ਬਚ ਕੇ ਰਹੀ, ਹੁਣ ਜੱਟੀਆਂ ਨੇ ਚੜ ਲਈ।
चलिया ते लेके आवे चूड़िया मिल चलिया ते लेके आवे चूड़िया विच पावा विच ओण चन्ना पूरिया विच पावा विच ओण चन्ना पूरिया ओए हिला जा मेरा दुख मिल के घोड़ी चढ़ियो वीरा वे सिर ते सुहा चीला।
ਆਈਡੀਆ ਬੱਚਿਓ ਪੰਜਾਬੀ ਸਿਵਸ ਕੋਈ ਨਹੀਂ ਕਿਸੇ ਪੰਜਾਬੀ ਨਾ ਭੁਲਾ ਦਿਓ ਬੋਲੀ ਆਪਣੀ ਤੇ ਪੂਰਾ ਮਾਣ ਹੋਣਾ ਚਾਹੀਦਾ ਝੂਮਰ ਆਉਣ ਲੱਗਿਆ ਬਹੁਤ ਹੀ ਵਧੀਆ ਧਿਆਨ ਨਾਲ ਦੇਖਿਓ ਬਹੁਤ ਹੀ ਸਰਪ੍ਰਾਈਜ਼ ਆਈਟਮ ਝੂਮਰ तेरे हाथ माही दा गाना छोरा वे रावी वालड़िया तेरी जुत्ती चुमरा पाया छोरा वे रावी वालड़िया मैनू घड़ा चुका के जामी छोरा Thank you.
ਦਾ ਬੱਕਰਾ ਟਹਿ ਜਾਣਾ ਖੱਚਰਾ ਬੋਲਦਾ ਕਿ ਨਾ ਬੋਲਦਾ ਆ ਭਾਈ ਬੋਲਦਾ ਆ ਨੀ ਦਾਦਕਿਆਂ ਦੀ ਬੱਕਰੀ ਟਹਿ ਜਾਣੀ ਖੱਚਰੀ ਬੋਲਦੀ ਆ ਕਿ ਨਾ ਬੋਲਦੀ ਆ ਭਾਈ ਬੋਲਦੀ ਆ ਚੁਟਕੀ ਮੈਂ ਮਾਰਾਂ ਰੱਖ ਦੀ ਮਾਮੀ ਬਾਂਦਰੀ ਲਵਾਨੀ ਬਣਾ ਹੱਥ ਵਿੱਚ ਡੋਰੂ ਦੇ ਕੇ ਨੀ ਤੈਥੋਂ ਖੇਲਾ ਲਵਾਂ ਨੀ ਬਾਲੀਏ ਚਤਰੇ ਪਵਾ ਚੰਨੇ ਵਿੱਚੋਂ ਕਿਨੇ ਕਾਜੀ ਮਿਰਚਾਂ ਵਾਲੀ ਕੜੀ ਚੰਨੇ ਵਿੱਚੋਂ ਕਿਨੇ ਕਾਜੀ ਮਿਰਚਾਂ ਵਾਲੀ ਕੜੀ ਚਾਚੀ ਨਾ ਕਰੋ ਨਿਕਲ ਚੱਲੀ ਮੋਗਿਆ ਜਾ ਕੇ ਫੜੀ ਚੰਨੇ ਵਿੱਚੋਂ ਕਿਨੇ ਕਾਜੀ ਮਿਰਚਾਂ ਵਾਲੀ ਕੜੀ ਚੰਨੇ ਵਿੱਚੋਂ ਕਿਨੇ ਕਾਜੀ ਮਿਰਚਾਂ ਵਾਲੀ ਕੜੀ ਨੀ ਮਾਮੀ ਇੰਨਾ ਕੌੜਾ ਕੌੜਾ ਕਾ ਤੋਂ ਬੋਲਦੀ ਆ ਲੱਡੂ ਖਾ ਲੱਡੂ ਹਾਏ ਨੀ ਲੱਡੂ ਤਾਂ ਬਲਾਈ ਮਿੱਠੇ ਆ ਸਾਡੀ ਬੀਬੀ ਨੇ ਹੀ ਬਣਾਏ ਹੋਣੇ ਆ ਲੈ ਭੈਣੇ ਤੂੰ ਵੀ ਖਾ ਮਾਮੀ ਥੋੜਾ ਥੋੜਾ ਅੱਜ ਫਸਟ ਟਾਈਮ ਡੀਜੇ ਪਲੇ ਕੀਤਾ ਦੱਸਿਓ ਕਿਵੇਂ ਲੱਗਿਆ ਉਹ
गुरलीन अपने नाल जिन्हें बहुत ही सोहना भंगड़ा तो बहुत ही सोहना झूमर बट करते कमेंट करके जरूर दस्यो भी तुहानू किवें लग्या गुरलीन कुछ कहना क्योंकि 12 बजे तो पहला हॉल खाली करके जाना 11:15 हो गए सो उम्मीद करते हैं कि तुहानू अज दी वीडियो वधिया लगी होगी जे वधिया लगी तो प्लीज़ वीडियो नू लाइक ते शेयर करियो ते चैनल नू प्लीज़ जरूर सबसक्राइब कर लियो थैंक यू सो मच छेती मिलदे आ नवी वीडियो लैके।